ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ, ਵੀਰ ਸਰਬਜੀਤ ਦੇ ਕੋਲ ਆਏ ਹਾਂ ਦੋਸਤੋ, ਪਿੰਡ ਰੂੜੇ ਅਸਲ, ਤਰਨ ਤਾਰਨ ਸਾਹਿਬ ਦੇ ਦੋਸਤੋ ਬਿਲਕੁਲ ਨਜ਼ਦੀਕ ਨਾਲ ਲੱਗਦਾ ਪਿੰਡ ਆ ਰੂੜੇ ਅਸਲ। ਚੁਤਾਲਾ ਪਿੰਡ ਬਿਲਕੁਲ ਨਜ਼ਦੀਕ ਆ, ਹੁਸ਼ਿਆਰਪੁਰ ਇਹ ਪਿੰਡ ਵੀ ਥੋੜ੍ਹੀ ਦੂਰੀ 'ਤੇ ਆ। ਇਸ ਕਰਕੇ ਦੋਸਤੋ, ਇੱਕ ਪਹਿਲਾਂ ਆਪਾਂ ਵੀਡੀਓ ਪਾਈ ਸੀਗੀ, ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਸੀ। ਵੈਸੇ ਇੱਕ ਦੋ ਤਿੰਨ ਕੁ ਨਾਗ ਸੀਗੇ ਉਸ ਵੀਡੀਓ ਦੇ ਵਿੱਚ। ਅੱਜ ਇਸ ਘਰੋਂ ਦੋਸਤੋ ਆਪਾਂ ਜਿਹੜੀ ਇਹ ਵੀਡੀਓ ਬਣਾ ਰਹੇ ਹਾਂ, ਇੱਕ ਮੱਝ ਤੁਹਾਨੂੰ ਦਿਖਾਵਾਂਗੇ, ਠੀਕ ਆ ਜੀ। ਬਿਲਕੁਲ ਸੱਜਰ ਤਾਜ਼ੀ ਸੂਈ ਆ, ਅਤੇ ਸੂਈ ਨੂੰ ਵੀ ਹਜੇ ਕੋਈ ਥੋੜ੍ਹਾ ਕੁ ਟਾਈਮ ਹੋਇਆ, ਕੋਈ ਦੋ ਤਿੰਨ ਤਿੰਨ ਕੁ ਘੰਟੇ 4 ਘੰਟੇ ਦਾ ਸਮਾਂ ਹੋਇਆ। ਜੇਰ ਜੂਰ ਹਜੇ ਪੈਣੀ ਬਾਕੀ ਆ, ਬਾਕੀ ਪੂਰੀ ਡਿਟੇਲ ਦੇ ਲਈ ਚੱਲਦੇ ਹਾਂ ਵੀਰ ਸਰਬਜੀਤ ਦੇ ਕੋਲ, ਪੁੱਛਦੇ ਹਾਂ ਕੀ ਡਿਟੇਲ ਨੇ ਅੱਜ ਇਸ ਪਸ਼ੂ ਦੀ, ਇਸ ਮੱਝ ਦੀ ਕੀ ਡਿਟੇਲ ਆ, ਉਹ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਵੀਰ ਸਰਬ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਤ ਸਾਹਿਬ। ਹੋਰ ਭਾਜੀ ਠੀਕ ਠਾਕ? ਹਾਂਜੀ ਠੀਕ ਠਾਕ। ਅੱਛਾ ਵੀਰ ਸਰਬ ਜੀ, ਤਾਂ ਇਹ ਜਿਹੜੀ ਆਪਾਂ ਅੱਜ ਮੱਝ ਸੇਲ ਕਰਦੇ ਪਏ ਆ, ਘਰ ਦੀ ਘਰੇਲੂ ਹੀ ਆ? ਹਾਂਜੀ ਘਰ ਦੀ ਹੈ। ਵੈਸੇ ਪਸ਼ੂ ਵਪਾਰ ਦਾ ਨਾਲ ਕੀਤਾ, ਸ਼ੁਰੂ ਕੀਤਾ ਸੀ ਕਿ ਫਿਰ? ਨਹੀਂ ਉਹ ਆਪਣਾ ਰੋਗੀ ਨਹੀਂ ਹੈ, ਹੈਗੇ ਆਪਣੇ ਘਰ ਦੇ ਵੀ ਡੰਗਰ ਆ। ਇਹ ਘਰ ਦੇ ਪਸ਼ੂ ਹੀ ਆ? ਹਾਂਜੀ ਘਰ ਦੇ ਹੀ ਆ। ਠੀਕ ਆ ਜੀ, ਤੇ ਅੱਜ ਤੋਂ ਮੈਨੂੰ ਤਾਂ ਤਕਰੀਬਨ ਕੋਈ 3 ਕੁ ਮਹੀਨੇ ਹੋ ਗਏ ਨੇ ਪਾਈ ਨੂੰ ਵੀਡੀਓ। ਹਾਂਜੀ 5 ਮਹੀਨੇ ਹੋ ਗਏ। 5 ਮਹੀਨੇ ਹੋ ਗਏ, ਉਦੋਂ ਲਿਆ ਕੇ ਕੋਈ 2-3 ਪਸ਼ੂ ਸੇਲ ਕੀਤੇ ਸੀ? ਹਾਂਜੀ ਹਾਂਜੀ। ਠੀਕ ਹੈ ਜੀ, ਤਾਂ ਦੱਸੋ ਇਹ ਮੱਝ ਜਿਹੜੀ ਵੀਰ ਘਰੋਂ ਹੀ ਸੇਲ ਕਰਦਾ, ਠੀਕ ਆ, ਤੇ ਪਸ਼ੂ ਤੁਸੀਂ ਇੱਧਰ ਵੇਖ ਰਹੇ ਜੀ, ਠੀਕ ਹੈ ਜੀ, ਪਰ ਬਿਲਕੁਲ ਜਿਹੜੇ ਘਰ ਦੇ ਘਰੇਲੂ ਪਸ਼ੂ ਆ, ਤੇ ਘਰੇਲੂ ਪਸ਼ੂਆਂ ਦੇ ਵਿੱਚੋਂ ਜਿਹੜੀ ਇਹ ਮੱਝ ਸੂਈ ਆ, ਇਹ ਸੇਲ ਕਰਦਾ ਵੀਰ ਸਰਬਜੀਤ। ਬਾਕੀ ਪੂਰੀ ਆਪਾਂ ਡਿਟੇਲ ਲੈ ਲੈਂਦੇ ਹਾਂ। ਅੱਛਾ ਵੀਰ, ਇਹ ਸੂਆ ਕਿੰਨਵਾਂ ਸੂਈ ਆਪਣੇ ਕੋਲ? ਇਹ ਤੀਜਾ ਸੂਆ ਜੀ। ਤੀਸਰਾ ਸੂਆ? ਹਾਂਜੀ। ਅੱਜ ਕਿੰਨੇ ਕੁ ਟਾਈਮ ਦੀ ਸੂਈ ਹੈ ਭਲਾ? ਇਹ 12-1 ਵਜੇ ਦੇ ਲੱਗੇ ਮੈਨੂੰ ਸੂਈ ਹੈ ਜੀ। 12-1 ਵਜੇ ਦੇ ਲੱਗੇ, ਹਾਂਜੀ। ਜੇਰ ਜੂਰ ਹਜੇ ਪੈਣੀ ਬਾਕੀ ਆ? ਹਾਂਜੀ ਪੈਣੀ ਬਾਕੀ ਹੈ। ਠੀਕ ਆ, ਮਗਰ ਬੱਚਾ ਇਹਦਾ ਕੀ ਆ ਗਿਆ? ਕੱਟਾ ਜੀ। ਕੱਟਾ? ਹਾਂਜੀ। ਤੇ ਬਾਕੀ ਵੀਰ ਸਰਬ ਜੀ, ਤਾਂ ਪਿਛਲੇ ਪਹਿਲਾ ਦੂਜਾ ਜਿਹੜੇ ਪਿਛਲੇ ਸੂਬੇ ਆ, ਹਾਂਜੀ, ਉਹ ਚੁਬਾਈ ਘਰੇ ਕੀਤੀ ਆਪਾਂ? ਹਾਂਜੀ ਘਰੇ ਕੀਤੀ। ਠੀਕ ਆ ਜੀ, ਤੇ ਚੋਣ ਜਾਣ ਚੰਗਾ ਵਧੀਆ ਲੰਬਾ ਸਮਾਂ ਦੁੱਧ ਦੇ ਦਿੰਦੇ ਰਹੇ? ਸਾਫ ਸੁਥਰੀ ਹੈ। ਠੀਕ ਆ ਜੀ, ਲਓ ਵੀ ਭਰਾਵੋ ਸਾਫ ਸੁਥਰੀ ਆ, ਤੇ ਤੀਜਾ ਸੂਆ ਇਹ ਮੱਝ ਸੂਈ ਆ, ਠੀਕ ਆ ਜੀ। ਤੇ ਬਾਕੀ ਹਜੇ ਤੁਸੀਂ ਵੇਖ ਸਕਦੇ ਜੇ ਮਗਰ ਲੜਦੁੜ ਜਿਹੜਾ ਲਮਕਦਾ, ਠੀਕ ਆ, ਤੇ ਜੇਰ ਪੈਣੀ ਹਜੇ ਬਾਕੀ ਆ। ਸੋ ਕੋਈ 10-15 ਮਿੰਟਾਂ ਤੱਕ, ਚਾਹੇ ਅੱਧੇ ਘੰਟੇ ਤੱਕ, ਘੰਟੇ ਤੱਕ ਜਿਹੜੀ ਇਹ ਜੇਰ ਜੂਰ ਪ੍ਰੋਪਰ ਪਾ ਜੂਗੀ, ਉਹਦੀ ਤੁਸੀਂ ਡਿਟੇਲ ਬਾਅਦ ਵਿੱਚ ਲੈ ਲਿਓ, ਠੀਕ ਆ ਜੀ। ਕੋਈ ਵੀ ਵੀਰ ਖਰੀਦਦਾਰ ਆਉਂਦਾ ਉਹਦੀ ਤੁਸੀਂ ਡਿਟੇਲ ਲੈ ਲਿਓ, ਠੀਕ ਆ। ਤੇ ਇਹਨੂੰ ਹਿੱਕ ਦਿਓ ਮਾੜਾ ਵੀਰ, ਇਹਨੂੰ ਕਰ ਦਿਆ ਜੀ, ਰਸਾ ਖੋਲ ਹੀ ਲਿਆ ਵੀਰ ਸਰ ਜੀ, ਥੋੜ੍ਹਾ ਤੋਰ ਹੀ ਦੇ, ਠੀਕ ਆ। ਤੇ ਆਹ ਬੱਚਾ ਜਿਹੜਾ ਦੱਸੋ ਮਗਰ ਦੇ ਕੱਟਾ, ਮੇਲ ਕਾਫ ਬਿਲਕੁਲ ਗਿੱਲੇ ਨਾੜੂ ਦੇ ਬੱਚਾ, ਕੋਈ 3-4 ਕੁ ਘੰਟੇ ਦਾ ਜੇ ਸਮਾਂ ਹੋਇਆ ਇਹਨੂੰ ਸੂਈ ਨੂੰ। ਥਣ ਥੁਣ ਜਿਹੜਾ ਦੋਸਤੋ ਆਪਸੀ ਥਣ ਦਾ ਨਖੇੜ ਚੰਗਾ, ਠੀਕ ਆ ਜੀ। ਵੈਸੇ ਮੋਟੇ ਥਣ ਆ, ਸਪੇਸ ਵੰਡ ਆਪਸੀ ਥਣ ਦੀ ਚੰਗੀ ਆ, ਤੇ ਜੇਰ ਜੂਰ ਹਜੇ ਪੈਣੀ ਬਾਕੀ ਆ, ਠੀਕ ਆ ਜੀ। ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਜੇ, ਵੰਡ ਆਪਸੀ ਥਣਾਂ ਦੀ ਚੰਗੀ ਆ, ਵਾਟਰ ਕੁਆਲਿਟੀ ਚੰਗੀ ਆ, ਤੇ ਬਾਕੀ ਸਪੇਸ ਚੰਗੀ ਆ, ਠੀਕ ਆ ਜੀ। ਹਾਈਟ ਕੱਦ ਇੱਕ ਵਾਰੀ ਸੂਸਵਾ ਦੇ ਵਿੱਚ ਆਈ ਆ, ਕੱਦ ਆਮ ਨੋਰਮਲ ਜਿਹੜੀਆਂ ਆਪਾਂ ਮੀਡੀਅਮ ਹਾਈਟ ਦੇ ਵਿੱਚ ਮੱਝਾਂ ਦੇਖਦੇ ਹਾਂ, ਓਡੀ ਕੁ ਹਾਈਟ ਤੁਸੀਂ ਮੰਨ ਕੇ ਦਾ ਸੌਦਾ ਕਰਿਓ, ਠੀਕ ਆ ਜੀ। ਆਇਓ ਵਜਨ ਦੋੜ ਵਾਲੀ ਆ, ਬਾਕੀ ਇੱਕ ਵਾਰੀ ਸੂਸਵਾ ਦੇ ਵਿੱਚ ਪਸ਼ੂ ਆਇਆ, ਉਹ ਸਾਰੇ ਵੀਰ ਜਾਣਕਾਰੀ ਆ, ਠੀਕ ਆ ਜੀ। ਸਾਰੇ ਵੀ ਜਾਣੂ ਹੁੰਦੇ ਆ ਵੀ ਸੂਣ ਸਵਾਉਣ ਤੋਂ ਬਾਅਦ ਇੱਕ ਵਾਰੀ ਪਸ਼ੂ ਖੱਪਾ ਜਿਹਾ ਲਾ ਜਾਂਦਾ। ਪਤਲੇ ਪਿੰਡੇ ਦੀ ਆ? ਆ ਪਤਲੇ ਪਿੰਡੇ ਦੀ ਆ। ਤੇ ਵੀਰ, ਪਿਛਲੇ ਸੂਬੇ ਦਾ ਦੁੱਧ ਕਿੰਨਾ ਕੁ ਚੋਂਦੇ ਰਹੇ ਜੀ? ਅਸੀਂ ਜੀ 12-12 ਇੱਥੇ ਵੀ ਚੋਂਦੇ ਰਹੇ ਆ। 12-12 ਆਮ ਸੇਵਾ ਤੇ, ਠੀਕ ਆ। ਹਾਂਜੀ, ਤੇ ਚੋਣ ਚਾਣ ਹਮੇਸ਼ਾ ਫਿਰ ਕੋ ਪਿਛਲੇ ਸੂਬੇ ਪੋਲੀ ਰਹੀ ਬਿਲਕੁਲ ਸਾਫ?
ਠੀਕ ਆ ਜੀ। ਤਾਂ ਦੱਸੋ ਚੋਣ ਚਾਣ ਜਿਹੜੀ ਬਿਲਕੁਲ ਪੋਲੀ ਰਹੀ ਆ, ਠੀਕ ਆ, ਸਾਫ਼ ਸੁਥਰੀ। ਆ ਲਓ ਜੀ, ਠੀਕ ਆ, ਬੰਨ ਲਓ ਵੀਰੇ, ਬੰਨ ਲਓ, ਠੀਕ ਆ। ਸੋ ਜਿਹੜਾ ਤੁਸੀਂ ਇੱਕ ਇਹੋ ਜਿਹੜਾ ਨਗ ਜਿਹੜਾ ਵੀਰ ਸੇਲ ਕਰਦਾ ਪਿਆ, ਅਤੇ ਬਾਕੀ ਤੁਹਾਨੂੰ ਆਪਾਂ ਸਾਰੇ ਸੱਜੇ ਖੱਬੇ ਨੂੰ ਦਿਖਾ ਦਿੰਦੇ ਇੱਕ ਵਾਰੀ, ਠੀਕ ਆ ਜੀ। ਆ ਕਰੋ ਚੈੱਕ, ਠੀਕ ਆ ਜੀ। ਤੇ ਕੀ ਇਹਦੀ ਡਿਮਾਂਡ ਕਰਦੇ ਪਏ ਆ ਵੀਰ ਸਰਬਜੀਤ? ਇਹ ਭਾਜੀ ਡਿਮਾਂਡ ਤਾਂ ਅਸੀਂ 1 ਲੱਖ ਰੁਪਇਆ ਕਰਦੇ ਜੀ। ਅੱਛਾ ਜੀ, ਥੋੜ੍ਹਾ ਜਿਹਾ ਘਟਾ ਵਧਾ ਕੇ ਜੇ ਥੋੜ੍ਹਾ ਬਹੁਤ 95-96 ਦੀ ਦੇ ਦਾਂਗੇ। 95-96 ਦੀ? ਹਾਂਜੀ, ਠੀਕ ਹੈ ਜੀ, ਇੱਥੇ ਹੈ, ਠੀਕ ਹੈ। ਤਾਂ ਦੱਸੋ 1 ਲੱਖ ਰੁਪਈਆ ਡਿਮਾਂਡ ਬਾਈ ਸਰਬਜੀਤਾਂ ਦਾ ਵੀ ਕਰਦੇ ਹਾਂ, ਠੀਕ ਆ ਜੀ। ਅਤੇ ਕੋਈ ਛੋਟ ਛਪਾ ਕਰਕੇ ਕੋਈ 95-96 ਤੱਕ ਜਾਂਦੇ ਵੀ ਦੇ ਦਾਂਗੇ, ਠੀਕ ਆ ਵੀ, ਹਾਂ ਨਾ ਜਿਹੜੀ। ਬਾਕੀ ਮੇਰਾ ਵੀਰ ਕੋਈ ਵੀ ਆਉਂਦਾ ਖਰੀਦਦਾਰ, ਠੀਕ ਆ ਜੀ, ਅਤੇ ਬੋਲੇ ਤਾਂ ਚੱਲੂਗੀ ਕਰਮਾਂ ਦੀ, ਠੀਕ ਆ ਜੀ। ਸੂਣ ਸਵਾਉਣ ਤੋਂ ਬਾਅਦ ਆਪਣੀ 2 ਟਾਈਮ 3 ਟਾਈਮ ਜੋ ਕਿ ਤਸੱਲੀ ਤੁਸੀਂ ਕਰਨੀ ਹੁੰਦੀ ਹੈ, ਠੀਕ ਆ ਜੀ। ਦੂਰੋਂ ਨੇੜਿਓਂ ਕੋਈ ਭਰਾ ਆਉਂਦਾ, ਬਾਕੀ ਸਪੇਸ ਵੰਡ ਆਪਸੀ ਥਾਣਾ ਦੀ ਚੰਗੀ ਆ, ਠੀਕ ਆ ਜੀ। ਉਹ ਕੋਈ ਵੀ ਮੇਰਾ ਭਰਾ ਹੋਵੇ ਆਪਣੀ ਤਸੱਲੀ ਤੁਸੀਂ ਕਰ ਲਿਓ, ਠੀਕ ਆ ਜੀ। ਸੋ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਆਪਾਂ ਨੇੜਿਓਂ ਲਾ ਕੇ ਦਿਖਾ ਦਿੰਦੇ ਇੱਕ ਵਾਰੀ ਹੋਰ, ਆਹ ਥਾਣਾ, ਠੀਕ ਆ ਜੀ। ਸੋ ਚੰਗੀ ਚੰਗੀ ਸਪੇਸ ਵੰਡ ਆ, ਬਾਕੀ ਮੋਟਾ ਥਾਣਾ। ਤੇ ਦੁੱਧ ਕਰਮਾਂ ਲਈ ਬਿਲਕੁਲ ਅੱਗੇ ਸੇਵਾ ਚੰਗੀ ਹੋਣੀ ਚਾਹੀਦੀ ਹੈ, ਦੁੱਧ ਚੰਗਾ ਚਵਾ ਜੂਗੀ, ਠੀਕ ਆ। ਸੋ 11-12 ਲੀਟਰ ਸੂਬਿਆਂ ਦਾ, ਪਿਛਲੇ ਸੂਬਿਆਂ ਦਾ ਜਿਹੜਾ 200 ਦੁੱਧ ਇਹ ਵੀਰ ਘਰੇ ਘਰੇਲੂ ਚਵਾਈ ਦੇ ਵਿੱਚ ਇਸ ਮਹਿ ਦੇ ਥੱਲੇ ਚੁੰਦੇ ਰਹੇ ਆ, ਠੀਕ ਆ ਜੀ। ਇੱਕ ਸਰਬਜੀਤ ਆਪਣੇ ਨੰਬਰ ਵੀਰੇ ਕਰ ਦਈਏ ਸਾਂਝੇ। ਆਪਣਾ ਨੰਬਰ ਜੀ 98-5-56 43-586। ਠੀਕ ਆ ਜੀ। ਲਓ ਵੀ ਕਿਸਾਨ ਵੀਰੋ, ਇਹ ਨੰਬਰ ਜਿਹੜਾ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਡਿਆ, ਨੰਬਰਾਂ 'ਤੇ ਤੁਸੀਂ ਕਾਲ ਕਰ ਲਿਓ, ਠੀਕ ਹੈ ਜੀ। ਅਤੇ ਵਿਜਿਟ ਤੁਸੀਂ ਕਰਨੀ ਆ ਪਿੰਡ ਰੂੜੇ ਅਸਲ, ਤਾਂ ਬਿਲਕੁਲ ਨੇੜੇ ਪਿੰਡ ਆ ਚੁਤਾਲਾ, ਅਤੇ ਤਰਨ ਤਰਨ ਤਕਰੀਬਨ ਇੱਥੋਂ ਕੋਈ 1-1.5-2 ਕਿਲੋਮੀਟਰ ਦੀ ਦੂਰੀ 'ਤੇ ਆ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।